ਮੈਂ ਦੇਖਿਆ ਮਤਲਬ ਫਸਟ ਐਪੀਸੋਡ 'ਚ ਤੁਸੀਂ ਰਿਮੋਟ ਨਾਲ ਜਾਂ ਕਿਸੇ ਤਰੀਕੇ ਦੇ ਨਾਲ ਹੈਕ ਕਰਕੇ ਉਹ ਪ੍ਰੋਜੈਕਟਰ ਬੰਦ ਕਰ ਦਿੰਦੇ ਹੋ। ਹਾਂਜੀ, ਇਹ ਮਤਲਬ ਜਿਹੜਾ ਕਰੈਕਟਰ ਹੈਗਾ ਇੱਕ ਵੈਸੇ ਇੰਟੈਲੀਜੈਂਟ ਬਹੁਤ ਹੈ, ਵੀ ਹੈਕਿੰਗ 'ਚ ਇਹਦਾ ਬਹੁਤ ਹੱਥ ਤੇਜ਼ ਆ, ਅਤੇ ਇਹਦੇ ਅੱਗੇ ਹਜੇ ਰਿਵੀਲ ਹੋਊਗਾ ਸਾਰੀ ਵੀ ਇਹ ਨਸ਼ੇ ਕਿਉਂ ਕਰਦਾ, ਕੀ ਗੱਲ ਹੈ ਇਹਦਾ ਬੈਕਗਰਾਊਂਡ, ਮਤਲਬ ਸਟੂ ਓਵਰਆਲ ਸੀਰੀਜ਼ ਦੇ ਵਿੱਚ ਇਹੀ ਹੈ, ਇਕੱਲੇ ਇਕੱਲੇ ਕਰੈਕਟਰ ਦਾ ਉਹਦੀ ਆਪਣੀ ਪਰਸਨਲ ਲਾਈਫ, ਕਿਉਂਕਿ ਸਟੂਡੈਂਟ ਲਾਈਫ 'ਚ ਨੋਰਮਲੀ ਜੋ ਵੀ ਉਹ ਕਿਉਂ ਹੈ, ਲੌਜਿਕ ਸਾਰੀ ਚੀਜ਼ ਦਾ ਦਿੱਤਾ ਵੀ ਨਸ਼ੇ ਕਿਉਂ ਪਿਆ, ਉਹ ਜੋ ਵੀ ਹੈਗਾ ਮਤਲਬ ਸਟੂਡੈਂਟ ਇਕੱਲੇ ਇਕੱਲੇ ਉਹ ਸਾਰਾ ਇੱਕ ਗਰੁੱਪ 'ਚ ਇਕੱਠੇ ਕੀਤੇ ਗਏ, ਸਾਰੇ ਤਰ੍ਹਾਂ ਦੇ ਕਰੈਕਟਰ ਜੋ ਆਮ ਕਾਲਜ ਲਾਈਫ 'ਚ ਆਪਾਂ ਮਿਲਦੇ ਹਾਂ। ਤੁਸੀਂ ਹੈਕਿੰਗ ਦਾ ਵੈਸੇ ਸ਼ੌਂਕ ਰੱਖਦੇ ਹੋ? ਹਾਂ, ਮੈਂ IT ਦਾ ਡਿਪਲੋਮਾ ਕੀਤਾ, ਅਸੀਂ ਮਤਲਬ ਰੈਵਿਜ਼ਨ ਵੀ ਕੀਤਾ ਹੋਇਆ ਅਤੇ ਇਨਫੋਰਮੇਸ਼ਨ ਟੈਕਨੋਲੋਜੀ ਦਾ ਉਸ ਟਾਈਮ ਹੈਗਾ ਸੀ ਕਰੇਜ਼ ਜੈਕ ਮੈਂ ਜੇ ਕੁਛ ਥੋੜ੍ਹਾ ਬਹੁਤਾ, ਪਰ ਉਦੋਂ ਬਾਅਦ ਫਿਰ ਲਾਈਨ ਚੇਂਜ ਹੋ ਗਈ। ਫਿਰ ਇਹਨਾਂ ਵਿੱਚੋਂ ਕਿਸੇ ਦਾ ਮੌਕਾ ਮਿਲਿਆ ਅਕਾਊਂਟ ਹੈਕ ਕਰਨ ਦਾ ਅਤੇ ਸ਼ਰਾਰਤੀ ਹਰਕਤ ਵੀ ਕਰਨੀ, ਕੌਣ ਹੋਏਗਾ ਬੰਦਾ ਮੂੰਹ 'ਤੇ ਦੱਸਦਾ ਕਿ ਆਹ ਤੇਰਾ ਕਰਕੇ ਅਤੇ ਇਹ ਚੀਜ਼ਾਂ ਕਰਨੀਆਂ, ਅਤੇ ਮੈਨੂੰ ਲੱਗਦਾ ਜੈਸਮੀਨ ਦਾ ਕਰਕੇ ਕੁਛ ਕਰ ਲਵਾਂਗੇ ਜੀ। ਲਿਖੋਗੇ ਕੀ ਉਹਦੇ 'ਚ? ਲਿਖਾਂਗੇ ਤਾਂ ਕੁਛ ਹੈਗਾ ਹੀ, ਫਿਰ ਉਲਟਾ ਸਿੱਧਾ ਜਿਹਾ ਕਰਾਂਗੇ, ਮੈਸੇਜ ਮੂਸੇਜ ਕਰਕੇ ਇਹਦਾ ਵਧੀਆ ਕੋਈ ਲੀਕ ਕਰ ਦਾਂਗੇ ਕੁਛ। ਜੈਸਮੀਨ ਜੇ ਕਰਦੇ ਆ, ਜੇ ਅਕਾਊਂਟ ਹੈਕ ਕਰਦੇ ਆ ਤਾਂ ਤੁਸੀਂ ਕੀ ਰਿਵਾਰਡ ਕਰੋਗੇ ਜਾਂ ਕਿੱਦਾਂ ਬਚਾਓਗੇ ਆਪਣੇ ਆਪ ਨੂੰ ਕਿ ਮੈਂ ਕੀਤਾ? ਨਹੀਂ, ਇੰਨਾ ਆਸਾਨ ਵੀ ਨਹੀਂ ਹੈ, ਮੈਨੂੰ ਪਤਾ ਹੈ ਬਹੁਤ ਲੋਕ ਟਰਾਈ ਕਰਨਗੇ, ਇੱਦਾਂ ਹੀ ਇੰਨਾ ਆਸਾਨ ਨਹੀਂ ਹੈ। ਮੈਂ ਪਹਿਲਾਂ ਐਕਚੁਅਲੀ ਉਹ ਪ੍ਰੀਕੋਸ਼ਨ ਲੈ ਲਿਆ, ਮੈਨੇ ਬਾਅਦ ਮੈਂ ਕੁਛ ਕਰਨੇ ਸੇ ਬੈਟਰ ਹੈ ਕਿ ਹਮ ਪਹਿਲੇ ਹੀ ਕੁਛ ਕਰ ਲੇ ਜੀ। ਪਰ ਮੈਂ ਕਹਿੰਦਾ ਵੀ ਪਹਿਲਾਂ ਤਾਂ ਇਹਦੀਆਂ ਬਿਨਾਂ ਲੈਂਸ ਤੋਂ ਪਾਈਏ ਫੋਟੋ, ਬਿਨਾਂ ਲੈਂਸ ਦੇਖੇਗੀ ਮੂਵੀਜ਼ 'ਚ ਦਿਖਦੀ ਹੈ।